ਪੰਜਾਬ ਸਟੇਟ ਆ, ਸੂਬਾ ਮੇਰਾ ਪੰਜਾਬ ਹੈ, ਮੇਰੀ ਪੰਜਾਬੀ ਫਿਲਮ ਆ, ਉਹਦੇ ਲਈ ਸ਼ੋਅ ਹੈ ਨਹੀਂ ਗੇ, ਜਦਕਿ ਬਾਕੀ ਸਟੇਟਾਂ 'ਚ ਉਹਨਾਂ ਲਈ ਸ਼ੋਅਜ਼ ਆ। ਅਸੀਂ ਕਿੰਨੀਆਂ ਕਲਾਕਾਰਾਂ ਨੂੰ ਬਹੁਤ ਸਾਰੀਆਂ ਗਾਲਾਂ ਕੱਢ ਦਿੱਤੀਆਂ ਜਦੋਂ ਉਹਨਾਂ ਨੇ ਹਿੰਦੀ ਲਈ ਸਟੇਟਮੈਂਟ ਦੇ ਦਿੱਤੀ। ਮੇਰਾ ਜਿਹੜਾ ਡਿਸਟ੍ਰੀਬਿਊਟਰ, ਉਹਨੇ ਹੱਥ ਖੜੇ ਕਰ ਦਿੱਤੇ। ਹੁਣ ਮੈਂ ਕਿੰਨਿਆਂ ਨੂੰ ਪੁੱਛ ਲਿਆ, ਕਹੇ ਹਿੰਦੀ ਫਿਲਮ ਤੋਂ ਕੋਲ ਸ਼ੋਅ ਆ ਸਾਰੇ। ਗੱਲ ਐਨੀਮਲ ਦੀ ਹੋ ਰਹੀ ਹੈ? ਹਾਂ, ਐਨੀਮਲ ਦੀ, ਮਤਲਬ ਉਹੀ ਲੱਗੀ ਆ। ਸਰਦਾਰ ਮੁੰਡੇ ਪਿੱਛੇ ਇੱਕ ਹੀਰੋ ਦੇ ਪਿੱਛੇ, ਹੀਰੋ ਸਿਗਟਾ ਪੀਂਦਾ ਜਾ ਰਿਹਾ, ਉਹਦੇ ਮੂੰਹ 'ਤੇ ਧੂੰਆਂ ਮਾਰਦਾ ਜਾ ਰਿਹਾ, ਅਤੇ ਅਸੀਂ ਸਰਦਾਰ ਇੱਥੇ ਕਿਸੇ ਦੇ ਮੂਹਰੇ ਧੂੰਆਂ ਮਾਰੇ ਘੁੱਟ ਲਾ ਦਿੰਦੇ ਅਗਲੇ। ਕਈ ਸਿੰਗਰਸ ਨੇ ਉਹ ਗਲੇ ਨਾਲ ਆਇਆ, ਮੈਂ ਕੈਮਰੇ ਨਾਲ ਆਇਆ ਹੋਇਆ, ਅਤੇ ਮੈਨੂੰ ਕਹਿ ਉਹ ਤਾਂ ਮੈਨੂੰ ਕਹਿੰਦੇ ਵੀ ਤੂੰ ਕੌਣ ਆ, ਤੇਰਾ ਕੰਮ ਕਿੱਥੇ ਆਇਆ, ਇੱਦਾਂ ਆ ਸਾਰੇ। ਅੱਜ ਕੱਲ੍ਹ ਅਸਲ ਵਿੱਚ ਕਹਿੰਦੇ ਨੇ ਚਲਦੀ ਦਾ ਨਾਮ ਗੱਡੀ ਆ। ਪਰ ਤੁਹਾਡੀ ਹੱਕ 'ਚ ਕੋਈ ਬੰਦਾ ਨਹੀਂ ਆਇਆ? ਕੋਈ ਨਹੀਂ ਜੀ, ਕੋਈ ਨਹੀਂ ਆਇਆ ਜੀ। ਹਾਂ, ਮੇਰਾ ਇੱਕ ਮਿੱਤਰ ਪਰਮੀਸ਼ ਆ, ਉਹ ਮੇਰੇ ਨਾਲ ਹੈਗਾ ਆ। ਵਰਮਾ? ਹਾਂਜੀ, ਪਰਮੀਸ਼ ਵਰਮਾ, ਉਹ ਮੇਰੇ ਨਾਲ ਆ। ਕੱਲ੍ਹ ਪਰਸੋਂ ਸਟੋਰੀ ਪਾਈ ਸੀ, ਬੜਾ ਕੁਛ ਹੁੰਦਾ। ਮੈਂ ਸਟੋਰੀ ਪਾਈ ਸੀ, ਕਿਸੇ ਨੇ ਵੀ ਨਹੀਂ ਟੈਗ ਕੀਤਾ, ਕਿਸੇ ਮਾਂ ਦੇ ਪੁੱਤ ਨੇ ਨਹੀਂ ਮੈਨੂੰ ਟੈਗ ਕੀਤਾ। ਮੇਰੀ ਆਦਤ ਕੀ ਆ, ਮੈਂ ਕਿਸੇ ਦਾ ਕੰਮ ਕਰਦਾ, ਮੈਂ ਕਿਸੇ ਨੂੰ ਕਹਿੰਦਾ ਨਹੀਂ ਹੈਗਾ। ਜੇ ਮੈਂ ਕਿਸੇ ਨੂੰ ਕਹਾਂ ਜੀ ਉਹਨੇ ਨਾ ਕਰ ਦਿੱਤੀ, ਮੈਨੂੰ ਗੁੱਸਾ ਚੜ੍ਹਦਾ ਜੀ, ਮੈਂ ਗਾਲੋ ਵਾਲੀ ਹੁੰਦਾ। ਆਪਦੀ ਲੈਂਗੁਏਜ ਨਾਲ ਖੜੋ, ਤਾਂ ਹੀ ਪ੍ਰਜ਼ਰਵ ਹੋਣੀਆਂ ਗੱਲਾਂ ਨਾਲ ਨਹੀਂ। ਤੁਸੀਂ ਹਿੰਦੀ ਫਿਲਮਾਂ ਵੇਖੀ ਜਾ ਰਹੇ ਆ, ਕਿਉਂਕਿ ਮੈਨੂੰ ਬੰਬੇ ਤੋਂ ਇਹੀ ਕਹੀ ਜਾ ਰਿਹਾ ਕਿ ਹਿੰਦੀ ਫਿਲਮ ਲੱਗੀ ਹੋਈ ਤਾਂ ਨਹੀਂ ਸ਼ੋਅ ਲਾ ਸਕਦੇ, ਸੋ ਉਹਨਾਂ ਨੂੰ ਦੇ ਕੰਨ ਵੀ ਖੜੇ ਹੋ ਜਾਣ। ਬਿਜ਼ਨਸਮੈਨ ਨੇ ਜਿਹੜੇ ਵਪਾਰੀ, ਜਿਨ੍ਹਾਂ ਦੇ ਵਿੱਚ ਮੈਂ ਆ ਗਿਆ ਉੱਪਰ, ਮੈਂ ਫਿਲਮ ਬਣਾਈ ਆ ਇੱਕ, ਉਹਨੂੰ ਮੈਂ ਰਿਲੀਜ਼ ਕਰਨਾ ਆ। ਇੱਕ ਤਰੀਕ ਮਿੱਥੀ ਹੋਈ ਆ, ਅਤੇ ਉਸ ਤਰੀਕ ਵਿੱਚ ਇੱਕ ਹਿੰਦੀ ਫਿਲਮ ਲੱਗੀ ਹੋਈ ਆ, ਉਹ ਕਹਿੰਦੇ ਬਹੁਤ ਜ਼ਿਆਦਾ ਚੱਲ ਰਹੀ ਆ, ਅਸੀਂ ਉਹ ਲਾ ਨਹੀਂ ਸਕਦੇ। ਬਟ ਉਹ ਲਾ ਨਹੀਂ ਸਕਦੇ, ਪਰ ਪੰਜਾਬ ਆ, ਪੰਜਾਬ ਦੇ ਵਿੱਚ ਪੰਜਾਬੀ ਫਿਲਮ ਆ ਮੇਰੀ, ਉਹਨੂੰ ਕਹਿੰਦੇ ਆ ਕਿ ਤੂੰ ਅਸੀਂ ਅੱਗੇ ਲੈ ਜਾਓ। ਜੇ ਅੱਗੇ ਲੈ ਕੇ ਜਾਵਾਂ ਫਿਰ ਮੈਂ ਕਿਹਾ ਅੱਗੇ ਸ਼ੋਅ ਦੇ ਦੂੰਗੇ, ਕਹਿੰਦੇ ਨਹੀਂ। ਤੁਹਾਨੂੰ ਪਤਾ ਮੇਰੀ 8 ਤਰੀਕ ਨੂੰ ਫਿਲਮ ਰਿਲੀਜ਼ ਆ, ਅਤੇ ਮੇਰੇ ਕੋਲ ਇੱਕ ਵੀ ਸ਼ੋਅ ਨਹੀਂ। ਮੇਰਾ ਜਿਹੜਾ ਡਿਸਟ੍ਰੀਬਿਊਟਰ, ਮੈਂ ਜਿਹਨੂੰ ਪਹਿਲਾਂ ਅਪਰੋਚ ਕੀਤੀ ਸੀ, ਮੇਰੀ ਆਦਤ ਆ ਕਿ ਮੈਂ ਕਿਸੇ ਨੂੰ ਪੁੱਛਾਂ ਤਾਂ ਮੈਂ ਉਹਦੇ ਨਾਲ ਹੀ ਰਹਿੰਦਾ, ਮੈਨੂੰ ਆਦਤ ਨਹੀਂ ਹੈਗੀ ਕਿ ਹੋਰ ਵੀ ਐਵੇਂ ਸਾਰਿਆਂ ਤੋਂ ਪੁੱਛੀਏ। ਵੀ ਹੁਣ ਮੈਂ ਬਹੁਤ ਸਾਰਿਆਂ ਤੋਂ ਪੁੱਛ ਲਿਆ, ਉਹਨੇ ਹੱਥ ਖੜੇ ਕਰ ਦਿੱਤੇ, ਹੁਣ ਮੈਂ ਕਿੰਨਿਆਂ ਨੂੰ ਪੁੱਛ ਲਿਆ, ਉਹ ਸਾਰਿਆਂ ਦੇ ਹੱਥ ਖੜੇ ਆ। ਹੱਥ ਖੜੇ ਕਿਉਂ? ਮਤਲਬ ਕਿ ਪੰਜਾਬ ਕਹੇ ਹਿੰਦੀ ਫਿਲਮ ਤੋਂ ਕੋਲ ਸ਼ੋਅ ਆ ਸਾਰੇ। ਗੱਲ ਐਨੀਮਲ ਦੀ ਹੋ ਰਹੀ ਹੈ? ਹਾਂ, ਐਨੀਮਲ ਦੀ, ਮਤਲਬ ਉਹੀ ਲੱਗੀ ਆ। ਨਹੀਂ, ਇੱਕ ਹੋਰ ਵੀ ਹੈਗੀ ਆ, ਹੁਣ ਉਹ ਹਿੰਦੀ ਫਿਲਮ ਵਾਲਿਆਂ ਦੇ ਦੇਖ ਲਓ ਆਪਸ ਵਿੱਚ ਉਹ ਆ ਸਟੇਟਮੈਂਟਸ ਆ ਕਿ ਅਸੀਂ ਖਿਡਾਰੀ ਖੇਡ ਰਹੇ ਹਾਂ, ਜਦੋਂ ਇੱਕ ਟੀਮ ਲਈ ਖੇਡੇ, ਹਿੰਦੀ ਫਿਲਮ ਲਈ ਖੇਡੇ, ਮੈਂ ਇਕੱਲਾ ਪੰਜਾਬੀ ਫਿਲਮ ਲਈ ਖੇਡਣਾ ਆ, ਫਿਰ ਮੇਰੀ ਪੰਜਾਬੀ ਫਿਲਮ ਆ, ਅਤੇ ਮੈਨੂੰ ਸ਼ੋਅਜ਼ ਤਾਂ ਦਿਓ। ਪੰਜਾਬ ਦੇ ਫਿਲਮ, ਪੰਜਾਬ ਸਟੇਟ ਆ, ਸੂਬਾ ਮੇਰਾ ਪੰਜਾਬ ਹੈ, ਮੇਰੀ ਪੰਜਾਬੀ ਫਿਲਮ ਆ, ਉਹਦੇ ਲਈ ਸ਼ੋਅ ਹੈ ਨਹੀਂ ਗੇ, ਜਦਕਿ ਬਾਕੀ ਸਟੇਟਾਂ 'ਚ ਉਹਨਾਂ ਲਈ ਸ਼ੋਅਜ਼ ਆ। ਤੁਹਾਨੂੰ ਪਤਾ ਆ ਜਦੋਂ ਇਹ ਦੋ ਫਿਲਮਾਂ ਲੱਗੀਆਂ, ਹਾਂਜੀ, ਐਨੀਮਲ ਅਤੇ ਸੈਮ ਬਹਾਦਰ, ਹਾਂਜੀ, ਦੋਨੋਂ ਫਿਲਮਾਂ ਜਦੋਂ ਸੇਮ ਡੇ ਰਿਲੀਜ਼ ਹੋਈਆਂ, ਸੇਮ ਡੇ ਸ਼ੋਅ ਪਤਾ ਕਿਹੇ ਸੀਗੇ? ਸੈਮ ਬਹਾਦਰ ਦੇ 4, ਐਨੀਮਲ ਦੇ 10। ਹਾਂਜੀ, ਮਤਲਬ ਗੱਲ ਇਹ ਕਿ ਉਹਨਾਂ 'ਚ ਕਲੈਸ਼ ਚੰਗੇ ਤਰੀਕੇ ਨਾਲ ਹੈਗਾ ਆ। ਹਾਂ, ਪਰ ਇਹ ਕਹਾਣੀ ਅਲੱਗ ਹੀ ਹੋ ਗਈ ਕਿ ਤੁਹਾਡੀ ਫਿਲਮ ਨੂੰ ਘੱਟੋ ਘੱਟ 2-3 ਸ਼ੋਅ ਕੁਛ ਨਹੀਂ ਮਿਲੇ। ਅਰੇ, ਪਹਿਲਾਂ ਤਾਂ ਇੱਕ ਸ਼ੋਅ ਕਹਿੰਦੇ ਸੀਗੇ, ਹਾਂ, ਹੁਣ ਤਾਂ ਉਹ ਵਿਚਾਰਾ ਕਹਿੰਦਾ ਮੈਂ ਇੱਕ ਵੀ ਨਹੀਂ ਦੁੱਖ ਕਰਾ ਸਕਦਾ, ਮੇਰੀ ਹੈ ਹੀ ਨਹੀਂ ਪਾਵਰ, ਕਿਉਂਕਿ ਹਿੰਦੀ ਪਾਵਰ 'ਚ ਆ। ਅਤੇ ਐਕਚੁਅਲੀ ਤੁਹਾਨੂੰ ਪੰਜਾਬ ਵਿੱਚ ਤਾਂ ਪੰਜਾਬੀ ਪਾਵਰ 'ਚ ਆ ਨਾ, ਤੁਹਾਨੂੰ ਕੀ ਲੱਗਦਾ ਕਿ ਉਹ ਉਹਨਾਂ ਦੀ ਪਰਸਨਲ ਏਜੰਡਾ ਆ ਜਾਂ ਉਹਨਾਂ ਦਾ ਉਹਨਾਂ ਬਿਜ਼ਨਸ ਆ, ਉਹ ਵਪਾਰੀ ਲੋਕ ਨੇ? ਬਟ ਮੇਰਾ ਮੁੱਦਾ ਇਹ ਆ ਕਿ ਇੱਕ ਰੀਜਨਲ ਫਿਲਮ ਪੰਜਾਬ ਵਿੱਚ ਆ ਰਹੀ ਹੈ, ਪੰਜਾਬ ਸਾਡੀ ਸਟੇਟ ਆ, ਪੰਜਾਬ ਦੇ ਲੋਕ ਆ ਆਪਾਂ, ਅਸੀਂ ਲੜਦੇ ਹਾਂ। ਅਸੀਂ ਸਾਡੇ ਅਸੀਂ ਕਿੰਨੀਆਂ ਕਲਾਕਾਰਾਂ ਨੂੰ ਬਹੁਤ ਸਾਰੀਆਂ ਗਾਲਾਂ ਕੱਢ ਦਿੱਤੀਆਂ ਜਦੋਂ ਉਹਨਾਂ ਨੇ ਹਿੰਦੀ ਲਈ ਸਟੇਟਮੈਂਟ ਦੇ ਦਿੱਤੀ। ਮੈਂ ਹੁਣ ਹਿੰਦੀ ਸਿਨੇਮੇ ਚੱਲ ਜਾਵਾਂ, ਫਿਰ ਮੈਂ ਵੀ ਹਿੰਦੀ ਲਈ ਸਟੇਟਮੈਂਟ ਦੇ ਦਿੰਦਾ, ਭਾਈ ਤੁਸੀਂ, ਮੈਂ ਤਾਂ ਕਹਿ ਰਿਹਾ ਸੀ ਤੁਸੀਂ ਹਿੰਦੀ ਨੂੰ ਫਿਲਮ ਨੂੰ ਚੱਕਿਆ ਹੋਇਆ ਆ, ਜਿਹੜੇ ਜਿਹਦੇ ਵਿੱਚ ਅਸੀਂ ਸਰਦਾਰ ਮੁੰਡੇ ਪਿੱਛੇ ਇੱਕ ਹੀਰੋ ਦੇ ਪਿੱਛੇ, ਹੀਰੋ ਸਿਗਟਾ ਪੀਂਦਾ ਜਾ ਰਿਹਾ, ਉਹਦੇ ਮੂੰਹ 'ਤੇ ਧੂੰਆਂ ਮਾਰਦਾ ਜਾ ਰਿਹਾ, ਅਤੇ ਅਸੀਂ ਸਰਦਾਰ ਇੱਥੇ ਕਿਸੇ ਦੇ ਮੂਹਰੇ ਧੂੰਆਂ ਮਾਰੇ ਘੁੱਟ ਲਾ ਦਿੰਦੇ ਅਗਲੇ, ਅਤੇ ਘੁੱਟ ਲਾ ਦਿੰਦੇ ਆ ਜੇ ਕੋਈ ਧੂੰਆਂ ਮਾਰੇ ਤਾਂ। ਇਹ ਤਾਂ ਹੋਇਆ ਹੈ ਇੱਦਾਂ, ਅਤੇ ਉਹ ਉੱਥੇ ਉਹ ਕਰਦੇ ਆ, ਉਹ ਧੂੰਆਂ ਖਾ ਰਹੇ ਆ।
ਫਿਰ ਕਿਵੇਂ ਕਹਿ ਸਕਦੇ ਹੋ ਮੇਰੀ ਪੰਜਾਬੀ ਫਿਲਮ ਹੈ, ਮੈਂ ਤਾਂ ਜਸਟ ਇਹ ਚਾਹੁੰਦਾ ਕਿ ਮੇਰੀ ਪੰਜਾਬੀ ਫਿਲਮ ਹੈ ਯਾਰ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਕੋਲ ਵੀ ਉਨਾ ਉਨਾ ਸਮਾਂ ਆ। ਉਹ ਕਹਿੰਦੇ ਉਹ ਫਿਲਮ, ਮੇਰੇ ਕੋਲ ਵੀ ਉਨਾ ਉਨਾ ਸਮਾਂ, ਹਰੇਕ ਬੰਦੇ ਕੋਲ ਸਮਾਂ ਹੁੰਦਾ ਹੈ ਜੀ। ਮੇਰੀ ਫਿਲਮ ਆ, ਆਮ ਆ ਗੁੱਡ ਫਿਲਮ ਮੇਕਰ, ਮੈਂ ਵਧੀਆ ਫਿਲਮ ਮੇਕਰ ਹਾਂ, ਮੈਂ ਵਧੀਆ ਇਹਦੇ 'ਚ ਫਿਲਮ 'ਚ ਮੈਂ ਐਕਟ ਕੀਤਾ, ਮੈਂ ਪ੍ਰੋਡਿਊ ਪੈਸੇ ਮੇਰੇ ਇਨਵੈਸਟਮੈਂਟ ਹੋਈ ਹੋਈ ਆ, ਮੇਰੇ ਘਰਦਿਆਂ ਤੋਂ ਮੈਂ ਪੈਸੇ ਫੜ ਕੇ ਲਾਏ ਹੋਏ ਆ, ਮੈਂ ਰਿਕਵਰੀ ਕਰਨੀ ਆ। ਮੈਂ ਵੀ ਤਾਂ ਐਂਡ ਆਫ ਦਾ ਡੇ ਮੈਂ ਵੀ ਅੱਗੇ ਫਿਲਮਾਂ ਬਣਾਉਣੀਆਂ, ਮੈਂ ਫਿਲਮ ਉਹਦੇ ਲਈ ਆਇਆ, ਮੈਨੂੰ ਸ਼ੋਜ਼ ਤਾਂ ਦਿਓ ਘੱਟੋ ਘੱਟ। ਯਾਰ ਮੇਰੀ 1.5 ਘੰਟੇ ਦੀ ਫਿਲਮ ਆ, ਦੇਖੋ ਤੁਸੀਂ ਉਹ ਫਿਲਮ ਹਿੰਦੀ ਫਿਲਮ ਆ, ਜਿਹਦੇ 3.5 ਘੰਟੇ ਦੀ ਫਿਲਮ, ਮੇਰੀ ਤਾਂ 1.5 ਘੰਟੇ ਦੀ ਆ, 19 ਵਾਰ ਮੇਰੀ 2.5 ਵਾਰ ਫਿਲਮ ਮੁੱਕ ਛੱਡੀ ਆ। ਇੱਥੇ ਪੰਜਾਬ 'ਚ ਕੱਲ੍ਹ ਐਕਟਰ ਨੇ ਕੋਈ ਗਾ ਕੇ ਆਇਆ, ਕੋਈ ਜਿੱਦਾਂ ਮੇਰੇ ਦੋਸਤ ਮੇਰੇ ਨਾਲ ਕੋਲ ਲੀਡ ਆ ਕੁੜੀ, ਉਹ ਐਕਟਰਸ ਆ, ਉਹ ਸਟੇਜ ਵਾਲੀ ਆ, ਕਈ ਸਿੰਗਰਸ ਨੇ ਉਹ ਗਲੇ ਨਾਲ ਆਇਆ, ਮੈਂ ਕੈਮਰੇ ਨਾਲ ਆਇਆ ਹੋਇਆ, ਮਤਲਬ ਮੇਰੇ ਕੋਲ ਕੈਮਰਾ ਮੇਰਾ ਹਥਿਆਰ ਸੀਗਾ, ਮੈਂ ਸੈਲਫ ਪੋਰਟਰੇਟ ਕਰ ਕਰਕੇ ਔਰ ਪੰਜਾਬ ਦੇ ਲੋਕਾਂ ਦੇ ਜ਼ਿਹਨ 'ਚ ਪਾਤਾ ਕਿ ਇਹ ਹਾਰ ਪਰਫਾਰਮਰ ਆ, ਇਹ ਕੁੜਤਾ ਚਾਦਰਾ ਪੱਗ ਬੰਨ ਕੇ ਦਾੜੀ ਵਾਲਾ, ਇਹ ਹਾਰ ਪਰਫਾਰਮਰ ਆ, ਹੈ ਨਾ ਜੀ। ਮੈਂ ਕੈਮਰੇ ਨਾਲ ਆਇਆ, ਕੋਈ ਗਾ ਕੇ ਆਉਂਦਾ, ਕੋਈ ਸਟੇਜ 'ਤੇ ਆਉਂਦਾ, ਕੋਈ ਕਿਵੇਂ ਆਉਂਦਾ, ਮੈਂ ਕੈਮਰੇ ਨਾਲ ਆਇਆ। ਤੁਸੀਂ ਕੈਮਰੇ ਨਾਲ ਆਏ ਹੋ, ਹੈ ਨਾ, ਮੈਂ ਤੁਹਾਡੀ ਗੱਲ ਨੂੰ ਮੰਨਦਾ। ਹਾਂ, ਪਰ ਉਹ ਜਿਹੜੀ ਮੈਂ ਫੋਟੋਆਂ ਬਣਾਉਂਦਾ ਸੀਗਾ, ਉਹ ਪੰਜਾਬ ਵਾਲੇ ਬੋਲੀਵੁੱਡ, ਬਹੁਤ ਬੋਲੀਵੁੱਡ ਵਾਲਿਆਂ ਨੇ ਬਥੇਰੇ ਨੇ ਕਾਪੀ ਕੀਤੀਆਂ ਫੋਟੋਆਂ, ਉਹ ਕਾਪੀ ਕੀਤੀਆਂ, ਮੈਨੂੰ ਜਦੋਂ ਪਤਾ ਲੱਗਾ ਨਾ, ਮੈਨੂੰ ਦੱਸਿਆ ਗਿਆ, ਮੈਨੂੰ ਬਾਅਦ ਵਿੱਚ ਦੱਸਦੇ, ਥੈਂਕ ਯੂ ਕਰ ਦਿੰਦੇ ਤੁਹਾਡਾ ਚੀਜ਼ ਆਪਾਂ ਵਰਤ ਲਈ, ਬਹੁਤ ਬੰਦੇ ਨੇ ਪੰਜਾਬ ਵਾਲਿਆਂ ਨੇ ਕੀਤਾ। ਹੁਣ ਕੋਈ ਮੈਨੂੰ ਕੋਈ ਚੱਕਰ ਨਹੀਂ, ਮੈਂ ਹੋਰ ਕ੍ਰੀਏਟ ਕਰ ਲਈ, ਬਟ ਉਹ ਮੈਂ ਜਦੋਂ ਕ੍ਰੀਏਟ ਕੀਤੀ ਫਿਰ ਮੈਂ ਉਹ ਬਲੌਕ ਕਰਤੀ ਉੱਥੇ, ਉਹ ਮੈਂ ਆਪਣੀਆਂ ਫਿਲਮਾਂ ਲਈ ਸਾਂਭ ਕੇ ਰੱਖ ਲਈਆਂ ਹੁਣ, ਉਹ ਮੇਰੀਆਂ ਫਿਲਮਾਂ 'ਚ ਦੇਖਿਓ, ਜਿਹੜਾ ਤੁਸੀਂ ਕਹਿੰਦੇ ਆ ਕੁਛ, ਉਹ ਮੇਰੀਆਂ ਫਿਲਮਾਂ 'ਚ ਤੁਸੀਂ ਦੇਖੋਗੇ। ਪਰ ਹਰ ਬਾਈ, ਕਿੱਦਾਂ ਤੁਹਾਨੂੰ ਲੱਗਦਾ ਕਿਸੇ ਪ੍ਰੋਡਿਊਸਰ ਵੱਲੋਂ ਮੇਰੇ ਲੁੱਕ ਦੇ ਹਿਸਾਬ ਨਾਲ ਮੈਨੂੰ ਅਪਰੋਚ ਹੈ? ਨਹੀਂ, ਕੋਈ ਨਹੀਂ ਕਰਦਾ ਜੀ ਮੈਨੂੰ, ਉਹ ਕਹਿ ਉਹ ਤਾਂ ਮੈਨੂੰ ਕਹਿੰਦੇ ਵੀ ਤੂੰ ਕੌਣ ਆ, ਤੇਰਾ ਕੰਮ ਕਿੱਥੇ ਆਇਆ, ਇੱਦਾਂ ਆ ਸਾਰੇ। ਅੱਜ ਕੱਲ੍ਹ ਅਸਲ ਵਿੱਚ ਕਹਿੰਦੇ ਨੇ ਚੱਲਦੀ ਦਾ ਨਾਮ ਗੱਡੀ ਆ, ਇਹ ਕਿਉਂ ਇੱਦਾਂ ਨਹੀਂ ਹੁੰਦਾ, ਖੜੀ ਗੱਡੀ ਕੀ ਪਤਾ, ਉਹ ਵੀ ਚਲਾ ਕੇ ਤਾਂ ਵੇਖੀ ਨਹੀਂ ਤੁਸੀਂ। ਅਰੇ, ਚੱਲਦੀ ਦਾ ਨਾਮ ਗੱਡੀ ਤਾਂ ਹੈਗੀ ਆ, ਬਟ ਖੜੀ ਗੱਡੀ ਤੁਸੀਂ ਔਨ ਤਾਂ ਕਰੋ, ਤਾਂ ਪਤਾ ਲੱਗੂ ਕਿ ਚੱਲੂਗੀ ਕਿ ਨਹੀਂ। ਖੜੀ ਗੱਡੀ ਕਿੱਦਾਂ, ਆਹ ਹੁਣ ਚੱਲਦੀ ਦਾ ਨਾਮ ਗੱਡੀ ਹੈ, ਥੋੜ੍ਹੀ ਗੱਡੀ ਤਾਂ ਹੈਗੀ ਆ, ਬਟ ਇਹ ਇਹਦੇ 'ਚ ਤੁਸੀਂ ਚਾਬੀ ਲਾਓਗੇ, ਸੈਲਫ ਮਾਰੋਗੇ, ਤਦੇ ਚੱਲੂਗੀ, ਚਲਾਉਣ ਵਾਲੇ ਤਾਂ ਹੈ ਨਹੀਂ ਗੇ। ਚੱਲਦੀ ਦਾ ਨਾਮ ਗੱਡੀ ਜ਼ਰੂਰ ਕਹਿੰਦੇ, ਅਤੇ ਸਟੇਟਮੈਂਟ ਦੇਖੋ, ਲੋਕ ਕਹਿੰਦੇ ਚੱਲਦੀ ਦਾ ਨਾਮ ਗੱਡੀ, ਚਲਾਉਣ ਤੁਹਾਨੂੰ ਨਹੀਂ ਚਲਾਉਣੀ ਆਉਂਦੀ। ਨਾਲੇ ਹਰ ਬਾਈ, ਮੈਨੂੰ ਲੱਗਦਾ ਕਿ ਦੇਖੋ ਭਾਵੇਂ, ਚਲੋ ਜਿੰਨੇ ਮਰਜ਼ੀ ਕਲਾਕਾਰ ਹੋ ਜਾਣ, ਕੁਛ ਵੀ ਫਿਲਮਾਂ ਦੇਖੋ, ਇੱਕ ਜਿਹੜਾ ਸਿੰਗਰ ਹੋ ਤੁਸੀਂ, ਜਿਹੜੇ ਸਿੰਗਰ ਦੀ ਗੱਲ ਕਰ ਰਹੇ ਹੋ, ਹੈ ਨਾ, ਸਿੰਗਰ ਬੇਸ਼ੱਕ ਉਸ ਤਰੀਕੇ ਨਾਲ ਆਪਣੇ ਗਾਣੇ ਦੇ ਥਰੂ ਆਇਆ ਹੋਵੇ, ਪਰ ਉਹ ਐਕਚੁਅਲ 'ਚ ਐਕਟਿੰਗ ਪੱਖੋਂ ਦੇਖਿਆ ਜਾਵੇ, ਇਹ ਚੀਜ਼ ਗਵਾਹ ਆ ਸਾਡਾ ਸਿਨੇਮਾ, ਵੀ ਬੜੀਆਂ ਸਾਰੀਆਂ ਫਿਲਮਾਂ ਉਹਨਾਂ ਦੀ ਫਲੋਪ ਹੋਈਆਂ। ਨਹੀਂ, ਫਲੋਪ ਹੁੰਦੀਆਂ ਭਾਅ ਜੀ, ਮੇਰੀਆਂ ਵੀ ਹੋ ਸਕਦੀਆਂ, ਮੈਨੂੰ ਇੱਦਾਂ ਕੋਈ ਨਹੀਂ ਹੈਗਾ, ਬਟ ਇਸ ਫਿਲਮ ਦੇ ਲਈ ਮੈਂ ਤੁਹਾਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਕਿ ਉਹਨੂੰ ਗਾਇਕ ਦੇ ਕੰਪੈਰੀਜ਼ਨ ਤੋਂ ਤੇ ਮੈਨੂੰ ਐਕਟਰ ਦੇ ਕੰਪੈਰੀਜ਼ਨ ਤੋਂ ਨਹੀਂ ਲਿੱਤਾ ਗਿਆ। ਉਹਨੂੰ ਗਾਇਕ ਤੋਂ ਚੱਕਦਾ ਐਕਟਿੰਗ 'ਚ, ਮੈਂ ਐਕਟਰ ਸੀਗਾ, ਪਰ ਮੈਨੂੰ ਉਹ ਥਾਂ ਨਹੀਂ ਦਿੱਤੀ ਜਿਹੜੀ ਉਹਨੂੰ ਗਾਇਕ ਦੇ ਤੌਰ 'ਤੇ। ਨਹੀਂ, ਐਕਟਰ ਤਾਂ ਮੈਂ ਵੀ ਨਹੀਂ ਹੈਗਾ, ਬਟ ਇਸ ਫਿਲਮ ਦੇ ਲਈ ਮੈਂ ਇੱਕ ਅਦੁਕਾ ਕਹਿੰਦੀ, ਮੈਨੂੰ ਇੱਥੇ ਕਹਿ ਦਿੰਦੇ ਸੀ ਵੀ ਤੈਨੂੰ ਐਕਟਿੰਗ ਨਹੀਂ ਹੋਈ, ਪਰ ਐਕਟਿੰਗ ਅਸੀਂ ਕਿਹਨੂੰ ਕਹਿੰਦੇ ਹਾਂ, ਮੈਂ ਕਰੈਕਟਰ 'ਚ ਹੀ ਨਹੀਂ ਗਿਆ, ਐਕਟਿੰਗ ਕਿੱਦਾਂ ਹੋ ਗਈ। ਹੁਣ ਇਸ ਫਿਲਮ ਦੇ ਲਈ ਮੈਨੂੰ ਮੇਰਾ ਜਿਹੜਾ ਡਾਇਰੈਕਟਰ ਉਹ ਥੀਏਟਰ ਵਾਲੇ ਨੇ, ਸਟੇਜ ਵਾਲੇ ਬੰਦੇ ਨੇ, ਉਹਨਾਂ ਮੈਨੂੰ 20 ਦਿਨ ਵਰਕਸ਼ਾਪ ਲਵਾਈ ਆ। ਉਹ ਆਪ ਖੁਸ਼ ਨੇ ਮੇਰੇ ਕੋਲੋਂ, ਕਹਿੰਦੇ ਜਿਹੜਾ ਤੁਸੀਂ ਕੰਮ ਆ ਉਹ ਤੁਸੀਂ ਇਸ ਫਿਲਮ 'ਚ ਜਿਹੜਾ ਤੁਸੀਂ ਕੰਮ ਕੀਤਾ ਉਹ ਤੁਹਾਡੇ ਸਾਰੇ ਤੁਸੀਂ ਦੇਖ ਲਿਓ, ਲੁੱਕ ਜਦੋਂ ਆਊਗੀ ਫਿਲਮ ਤੁਹਾਨੂੰ ਦੱਸ ਦਿੱਤਾ ਜਾਊਗਾ, ਤੁਹਾਨੂੰ ਤੁਹਾਡੀ ਆਡੀਅੰਸ ਦੱਸੂਗੀ ਵੀ ਤੁਸੀਂ ਕਿੰਨਾ ਸੋਹਣਾ ਕੰਮ ਕੀਤਾ ਆ। ਹਾਂ, ਮੈਂ ਮਤਲਬ ਇਹਦੇ ਲਈ ਮੈਂ ਮਿਹਨਤ ਕੀਤੀ ਹੈ ਜੀ, ਮੈਂ ਤਿਆਰ ਹੋ ਕੇ ਆਇਆ, ਮੇਰੀ ਲਾਸਟ ਸਟੇਜ ਐਕਟਿੰਗ, ਮੈਂ ਫੋਟੋਗ੍ਰਾਫੀ ਕਰਦਾ ਸੀ, ਫਿਰ ਮੈਂ ਫੋਟੋਗ੍ਰਾਫੀ ਕਰਨ ਲੱਗਾ, ਆਪਣੀਆਂ ਵਿਜ਼ੂਅਲ ਮੋਸ਼ਨ ਪਿਕਚਰ ਬਣਾਉਣ ਲੱਗਾ, ਫਿਰ ਮੈਂ ਡਾਇਰੈਕਸ਼ਨ ਕਰਨ ਲੱਗਾ, ਮੇਰੇ ਜਿਹੜੇ ਥੋਟਸ ਮੈਂ ਉਹਨਾਂ ਨੂੰ ਬਣਾਉਣ ਲੱਗਾ, ਫਿਰ ਮੈਂ ਸਕਰੀਨ 'ਤੇ ਆਇਆ ਹੌਲੀ 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 ਕਰਕੇ, ਹੁਣ ਲਾਸਟ ਆ। ਹੁਣ ਤਾਂ ਮੈਂ ਪੰਜਾਬੀ ਫਿਲਮਾਂ ਮੈਂ ਬਣਾਉਣੀਆਂ, ਕਿਉਂਕਿ ਇਹਦੇ 'ਚ ਮੇਰੇ ਇਨਵੈਸਟਮੈਂਟ ਹੋਈ, ਉਹ ਡਾਇਰੈਕਟਰ ਉਹਨੇ, ਮੇਰੀਆਂ ਜਿਹੜੀਆਂ ਆਪਣੀਆਂ ਫਿਲਮਾਂ ਉਹ ਤਾਂ ਹੋਰ ਨੇ, ਮੈਂ ਆਪਣੀਆਂ ਵੀ ਡਾਇਰੈਕਟ ਕਰਨੀਆਂ ਫਿਲਮਾਂ, ਮੇਰੀਆਂ ਆਪਣੀਆਂ ਲਿਖੀਆਂ ਹੋਈਆਂ ਸਟੋਰੀਜ਼ ਹੈਗੀਆਂ ਨੇ, ਉਹ ਵੀ ਮੈਂ ਬਣਾਉਣੀਆਂ ਆ, ਉਹ ਸਾਰੀਆਂ ਪੰਜਾਬ ਬੇਸਡ ਹੀ ਨੇ,
ਸਾਰੀਆਂ ਪੰਜਾਬੀ 'ਚ ਨੇ। ਐਂਡ ਹਰਬਾਈ ਤੁਹਾਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਹੈ ਕਿ ਜਦੋਂ ਇੱਕ ਕਲਾਕਾਰ ਨਾਲ ਧੱਕਾ ਹੁੰਦਾ ਹੋਵੇ ਤਾਂ ਬੜੇ ਸਾਰੇ ਲੋਕਾਂ ਦਾ ਹੱਕ ਬਣਦਾ ਬੀਇੰਗ ਹਿਊਮਨ ਬੀਇੰਗ ਨਾਲ ਖੜਨ ਦਾ, ਨਾਲ ਇੱਕ ਕਿਉਂਕਿ ਤੁਹਾਡੇ ਇੰਡਸਟਰੀ 'ਚ ਵੀ ਚੰਗੇ ਲਿੰਕਸ ਹੈਗੇ ਨੇ ਕਿਉਂਕਿ ਤੁਸੀਂ ਬਥੇਰੇ ਟਾਈਮ ਤੋਂ ਕਲਾਕਾਰਾਂ ਦੇ ਨਾਲ ਵੀ ਤੁਸੀਂ ਰਹੇ ਹੋ, ਤੁਹਾਡਾ ਇੱਕ ਨਾਮ, ਇੱਕ ਕਹਿੰਦੇ ਨੇ ਨਾ ਯਾਰ ਕਿ ਪੰਜਾਬ 'ਚ ਇੱਕ ਨਾਮੀ ਬੰਦਾ ਹੈਗੇ ਹੋ ਤੁਸੀਂ ਕਿ ਜਿਹਦੇ ਕੋਲ ਇੱਕ ਫੇਮ ਦਾ ਪਾਰਟ ਹੈਗਾ ਆ, ਹਾਂਜੀ, ਪਰ ਤੁਹਾਡੀ ਹੱਕ 'ਚ ਕੋਈ ਬੰਦਾ ਨਹੀਂ ਆਇਆ? ਕੋਈ ਨਹੀਂ ਜੀ, ਕੋਈ ਨਹੀਂ ਆਇਆ ਜੀ। ਹਾਂ, ਮੇਰਾ ਇੱਕ ਮਿੱਤਰ ਪਰਮੀਸ਼ ਆ, ਉਹ ਮੇਰੇ ਨਾਲ ਹੈਗਾ ਆ। ਵਰਮਾ? ਹਾਂਜੀ, ਪਰਮੀਸ਼ ਵਰਮਾ, ਉਹ ਮੇਰੇ ਨਾਲ ਆ, ਹੋਰ ਨਹੀਂ। ਹੋਰ ਮੈਂ ਬਾਕੀ ਸਾਰਿਆਂ ਨੂੰ ਟੈਗ ਕੀਤਾ ਜਿਹਨਾਂ ਜਿਹਨਾਂ ਨਾਲ ਮੈਂ ਕੰਮ ਕੀਤਾ, ਜਿਹਨਾਂ ਜਿਹਨਾਂ ਨੇ ਮੇਰੇ ਤੋਂ ਕੰਮ ਲਿਆ ਹੋਇਆ ਆ, ਫੀਵਰ ਲਏ ਹੋਏ ਆ। ਮੈਂ ਉਹਨਾਂ ਨੂੰ ਕੱਲ੍ਹ ਪਰਸੋਂ ਸਟੋਰੀ ਪਾਈ ਸੀ, ਬੜਾ ਕੁਛ ਹੁੰਦਾ, ਮੈਂ ਸਟੋਰੀ ਪਾਈ ਸੀ, ਕਿਸੇ ਨੇ ਵੀ ਨਹੀਂ ਟੈਗ ਕੀਤਾ, ਕਿਸੇ ਮਾਂ ਦੇ ਪੁੱਤ ਨੇ ਨਹੀਂ ਮੈਨੂੰ ਟੈਗ ਕੀਤਾ, ਜਿਨ੍ਹਾਂ ਨੇ ਮੇਰਾ ਕੰਮ ਵੀ ਚੱਕਿਆ ਸੀ ਵੱਡਿਆਂ ਨੇ, ਮੈਂ ਉਹਨਾਂ ਨੂੰ ਵੀ ਟੈਗ ਕੀਤਾ। ਤੋਂ ਪਹਿਲਾਂ ਉਮੀਦ ਸੀਗੀ ਕਿ ਯਾਰ ਚੱਲ ਆਪਣੇ ਬੰਦੇ ਨਾਲ ਹੈਗੇ ਆ, ਕੋਈ ਚੱਕਰ ਜਿੱਦਾਂ ਕੰਮ ਨਹੀਂ। ਮੈਂ ਅਸਲ 'ਚ ਪਤਾ ਕੀ ਆ, ਮੇਰੀ ਆਦਤ ਕੀ ਆ, ਮੈਂ ਕਿਸੇ ਦਾ ਕੰਮ ਕਰ ਦਵਾਂ, ਮੈਂ ਕਿਸੇ ਨੂੰ ਕਹਿੰਦਾ ਨਹੀਂ ਹੈਗਾ। ਜੇ ਮੈਂ ਕਿਸੇ ਨੂੰ ਕਹਾਂ ਜੀ ਉਹਨੇ ਨਾ ਕਰ ਦਿੱਤੀ, ਮੈਨੂੰ ਗੁੱਸਾ ਚੜ੍ਹਦਾ ਜੀ, ਮੈਂ ਗਾਲੋ ਵਾਲੀ ਹੁੰਦਾ, ਮੈਂ ਗਾਲੋ, ਫਿਰ ਉਸ ਤੋਂ ਬਾਅਦ ਕਾਂਟਾ ਮੇਰਾ ਉੱਥੇ। ਇਸ ਕਰਕੇ ਮੈਂ ਡਰਦਾ ਨਹੀਂ ਕਿਸੇ ਨੂੰ, ਕਹਿੰਦਾ ਕਿ ਭਾਈ ਮੇਰਾ ਸ਼ੇਅਰ ਜਾਂ ਕਰ ਦਿਉ, ਮੇਰੇ ਨਾਲ ਸਪੋਰਟ ਕਰੋ, ਹੈ ਨਾ। ਜਿਨ੍ਹਾਂ ਨੂੰ ਮੈਂ ਕਿਹਾ ਉਹਨਾਂ ਨੇ, ਕਈਆਂ ਨੇ ਕਰ ਦਿੱਤਾ, ਕਈ ਬੰਦੇ ਹੈਗੇ ਸੀ ਉਹਨਾਂ ਨੇ ਸ਼ੇਅਰ ਕੀਤਾ ਆ, ਬਟ ਉਹਨਾਂ ਨੂੰ ਆਹ ਨਹੀਂ ਗੱਲ ਪਤਾ ਨਾ, ਉਹਨਾਂ ਨੇ ਸ਼ੇਅਰ ਤਾਂ ਕਰ ਦਿੱਤਾ, ਫਿਲਮ ਆ ਰਹੀ ਹੈ ਮੇਰੀ, ਉਹਨਾਂ ਨੂੰ ਆਹ ਮਸਲਾ ਨਹੀਂ ਪਤਾ ਹੈਗਾ ਕਿ ਮੇਰੀ ਫਿਲਮ ਨੂੰ ਸ਼ੋਜ਼ ਨਹੀਂ ਮਿਲ ਰਹੇ। ਇੱਕ ਪੰਜਾਬੀ ਫਿਲਮ ਨੂੰ ਪੰਜਾਬ ਦੇ ਵਿੱਚ ਸ਼ੋਜ਼ ਹੈ ਨਹੀਂ ਗੇ, ਉਹ ਕਹਿੰਦੇ ਪੰਜਾਬ ਲਈ ਨਹੀਂ ਹੈਗੀ, ਜਦਕਿ ਬਾਕੀ ਸਾਰੀਆਂ ਸਟੇਟਾਂ 'ਚ ਵਿੱਚ ਵੀ ਸ਼ੋਜ਼ ਆ। ਰੀਜਨਲ ਸਿਨੇਮੇ ਨੂੰ ਜਦੋਂ ਰੀਜਨਲ ਫਿਲਮ ਆ ਗਈ, ਦੂਜਿਆਂ ਨੂੰ ਪਰੇ ਕਰ ਦਿੰਦੇ ਆ। ਇੱਥੇ ਵੀ ਚਾਹੀਦਾ ਜੀ ਵੀ ਰੀਜਨਲ ਫਿਲਮ ਆ ਗਈ ਆ, ਇਹਨੂੰ ਪਾਸੇ ਕਰ ਦਿਉ। ਬਿਜ਼ਨਸਮੈਨ ਮੈਨੂੰ ਕਹਿੰਦੇ ਕਿ ਬਿਜ਼ਨਸਮੈਨ ਅਸੀਂ ਵਪਾਰ ਕਰਨਾ, ਅਰੇ ਮੈਂ ਵੀ ਬਿਜ਼ਨਸਮੈਨ ਆ, ਮੈਂ ਮਾਸਟਰਸ ਮੇਰੀ ਬਿਜ਼ਨਸ ਪ੍ਰੋਸੈਸ ਮੈਨੇਜਮੈਂਟ, ਮੈਂ ਸੋਫਟਵੇਅਰ ਇੰਜੀਨੀਅਰ ਆ। ਕਿਉਂਕਿ ਬਹੁਤ ਸਾਰੇ ਕਲਾਕਾਰ ਨੇ ਭਾਜੀ, ਬਹੁਤ ਐਕਟਰ ਨੇ ਜਿਹੜੇ ਵਿਚਾਰੇ ਇਸੇ 'ਚ ਹੀ ਉਹਨਾਂ ਦੀਆਂ ਫਿਲਮਾਂ ਡੱਬੇ 'ਚ ਹਾਰਡ ਡਰਾਈਵਾਂ 'ਚ ਸੇਵ ਪਈਆਂ, ਹਾਲੇ ਤੱਕ ਫਿਲਮਾਂ ਆ ਨਹੀਂ ਸਕੀਆਂ। ਬਹੁਤ ਬੰਦੇ ਨੇ ਉਹਨਾਂ ਦੇ ਵਿਚਾਰੇ ਵੀ, ਬਥੇਰੀਆਂ ਫਿਲਮਾਂ ਇੱਦਾਂ ਰਹੀਆਂ ਜਿੱਥੇ ਯਾਰ ਵੀ ਚਲੋ ਤੁਹਾਡੀ ਫਿਲਮ ਦਾ ਕੋਈ ਸ਼ੋਅ ਹੀ ਨਹੀਂ ਮਿਲ ਰਿਹਾ, ਸਭ ਤੋਂ ਵੱਡੀ ਗੱਲ ਆ। ਅਰੇ ਪੰਜਾਬੀ ਫਿਲਮ ਨੂੰ ਇੱਕ ਇੱਕ ਸ਼ੋਅ ਦਊਂਗੇ ਪੰਜਾਬ ਦੇ ਵਿੱਚ ਯਾਰ, ਘੱਟੋ ਘੱਟ ਪੰਜਾਬ ਦੀ ਫਿਲਮ, ਪੰਜਾਬ ਦੇ ਸਿਨੇਮੇ 'ਚ ਪੰਜਾਬੀ ਫਿਲਮ ਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਸ਼ੋਅ ਚਾਹੀਦੇ ਆ, ਮਸਟ ਆ, ਕਿ ਜੇ ਪੰਜਾਬੀ ਫਿਲਮ ਆ ਗਈ ਉਹਨਾਂ ਨੂੰ ਕਰੋ ਹਿੰਦੀ ਪਰੇ ਕਰ ਦੋ। ਤੁਹਾਨੂੰ ਲੱਗਦਾ ਜੇ ਤੁਹਾਡੀ ਜਗ੍ਹਾ ਅੱਜ ਕੋਈ ਗਾਇਕ ਹੁੰਦਾ ਤਾਂ ਉਹਨੂੰ ਸ਼ੋਅ ਮਿਲ? ਹਾਂ, ਮਿਲ ਜਾਣੇ ਸੀ, ਫੋਰ ਸ਼ੋਅਰ ਮਿਲਣੇ ਸੀ, ਫੋਰ ਸ਼ੋਅਰ। ਕੀ ਆ? ਨਹੀਂ, ਜੈਕ ਨਹੀਂ, ਉਹ ਕਲਾਕਾਰ ਅਸਲ 'ਚ ਕੀ ਹੁੰਦਾ, ਜਿਹੜੇ ਅਸਲ 'ਚ ਬਿਜ਼ਨਸਮੈਨ, ਉਹ ਐਂ ਕਹਿੰਦਾ ਕਿ ਇਹ ਦੁਨੀਆ ਵਿੱਚ ਕਿੰਨਾ ਵਿਚਰਦਾ, ਉਹ ਕੰਮ ਨਹੀਂ ਵੇਖਦੇ ਆਖੇ ਜੀ ਇਹਦੇ ਫੈਨ ਫੋਲੋਇੰਗ, ਜਿਹੜਾ ਸੋਸ਼ਲ ਮੀਡੀਆ, ਸੋ ਕਾਲਡ ਸੋਸ਼ਲ ਮੀਡੀਆ 'ਤੇ ਕਿੱਡਾ ਵੱਡਾ ਆ। ਉਹ ਸਿੰਗਰਸ ਕੀ ਹੁੰਦੇ ਨੇ ਅਸਲ ਵਿੱਚ, ਰੋਜ਼ ਸ਼ੋਜ਼ ਲਾਉਂਦੇ ਨੇ, ਪਬਲਿਕਲੀ ਜਾਂਦੇ ਨੇ, ਉਹਨਾਂ ਦੀ ਜ਼ਿਆਦਾ ਆਖੇ ਜੀ ਇਹਨਾਂ ਨੂੰ ਜ਼ਿਆਦਾ ਜਾਣਦੇ ਨੇ, ਇੱਦਾਂ ਨਹੀਂ ਹੁੰਦਾ ਹੈਗਾ ਜੀ। ਫਿਰ ਫਿਲਮਾਂ ਕਾਹਤੇ ਨਹੀਂ ਹਿੱਟ ਹੁੰਦੀਆਂ, ਫਿਲਮਾਂ ਵੀ ਹਿੱਟ ਹੋ ਜਾਣੀਆਂ ਚਾਹੀਦੀਆਂ। ਮੈਨੂੰ ਇਹ ਆ ਕਿ ਪ੍ਰੋਡਿਊਸਰਸ ਨੂੰ ਵੀ ਪਲੀਜ਼, ਜੇ ਕਿਸੇ ਦਾ ਗੁਣ ਆ ਨਾ, ਉਹਦੇ ਗੁਣ 'ਤੇ ਇਨਵੈਸਟਮੈਂਟ ਕਰਿਆ ਕਰੋ। ਉਹਦੇ 'ਚ ਗੁਣ ਆ, ਜਿਹੜੇ ਤੁਸੀਂ ਪੈਸੇ ਕਿਸੇ ਇੱਕ ਬੰਦੇ ਨੂੰ ਨਾਮ ਦੇ ਕਰਕੇ ਦੇ ਦਿੰਦੇ ਆ, ਉਹ ਉਸ ਗੁਣ ਦੇ ਉੱਪਰ ਪੈਸੇ ਲਾ ਦਿਓ ਉਹਨੂੰ ਨਿਖਾਰਨ ਦੇ ਲਈ। ਪਰ ਫਿਰ ਵੀ ਤੁਸੀਂ ਲੜ ਰਹੇ ਹੋ ਕਿ ਮੈਂ ਰਿਲੀਜ਼ ਕਰਕੇ ਰਹਿਣੀ ਆ। ਮੈਂ ਰਿਲੀਜ਼ ਕਰਨੀ ਆ ਜੀ, ਮੈਨੂੰ ਯੂਟਿਊਬ 'ਤੇ ਮੈਂ ਰਿਲੀਜ਼ ਨਹੀਂ ਕਰ ਸਕਦਾ ਕਿਉਂਕਿ ਮੇਰੀ ਰੈਵਨਿਊ ਕਰਲੇ, ਮੇਰੀ ਰੈਵਨਿਊ ਨਹੀਂ ਉਨੀ ਬਣਨੀ ਹੈਗੀ। ਜੇ ਕਿਤੇ ਫਿਲਮ ਨੇ ਨਾ ਕੰਮ ਕੀਤਾ ਫਿਰ? ਕਿਤੇ ਫਿਲਮ ਨੇ ਨਾ ਕੰਮ ਕੀਤਾ ਤੁਹਾਡੀ, ਤੁਹਾਡੀ ਫਿਲਮ ਨੇ ਸਿਨੇਮਾ 'ਚ ਕਿਉਂ ਨਹੀਂ ਕੰਮ ਕਰੂਗੀ? ਇੰਨਾ ਤਾਂ ਕੁਛ ਦੱਸ ਦਿੱਤਾ, ਹੁਣ ਪ੍ਰੋਬਲਮ ਆ ਰਹੀ ਹੈ, ਅਗਲੇ ਸ਼ੋਅ ਨਹੀਂ ਦੇ ਰਹੇ। ਸ਼ੋਅ ਨਹੀਂ ਦੇ ਰਹੇ ਉਹ ਗੱਲ ਵੱਖਰੀ ਆ, ਫਿਲਮ ਚੱਲੂਗੀ ਜੀ, ਫਿਲਮ ਮੇਰੀ ਹਿੱਟ ਆ, ਮਾਸਟਰਪੀਸ ਬਣਾਇਆ ਹੋਇਆ ਜੀ, ਮੈਂ ਸੱਚੀ ਮਾਸਟਰਪੀਸ ਬਣਾਇਆ ਹੋਇਆ। ਜਦੋਂ ਆਊਗੀ ਤੁਹਾਡੇ ਸ਼ਬਦ ਹੋਣਗੇ ਮਾਸਟਰਪੀਸ ਆ, ਮੈਂ ਕਹਿ ਦਿੰਦਾ, ਮੈਂ ਫਿਊਚਰ ਦੇਖ ਸਕਦਾ ਜੀ, ਮੈਂ ਫਿਊਚਰ ਦੇਖ ਸਕਦਾ, ਮੈਂ ਸ਼ਬਦ ਮੇਰੇ ਨਾਲ ਹੋਇਆ ਹੈ ਜੀ, ਮੈਨੂੰ ਚਲੋ ਮੈਂ ਵੀ ਨਹੀਂ ਨਹੀਂ ਬੋਲੋ ਬੋਲੋ ਨਹੀਂ, ਕੋਈ ਚੱਕਰ ਨਹੀਂ ਹੈਗਾ, ਮੈਂ ਇਹ ਕਹਿ ਸਕਦਾ ਮੇਰੀ ਫੁਕਰੀ ਜਾਂ ਰੱਬ ਦੀ ਦਇਆ, ਇਹ ਤੁਹਾਡੇ 'ਤੇ ਆ ਕੀ ਮੰਨਣਾ।
ਜਾਂ ਤਾਂ ਤੁਸੀਂ ਇੱਕ ਬੰਦਾ ਕਹੋਗੇ ਇਹ ਫੁਗਰੀ ਮਾਰਦਾ, ਜਾਂ ਤਾਂ ਤੁਸੀਂ ਕਹਿ ਸਕਦੇ ਇਹ ਰੱਬ ਦੀ ਦਇਆ ਆ, ਤੀਜਾ ਕੋਈ ਗੱਲ ਹੈ ਨਹੀਂ ਗੀ, ਹੈ ਨਾ। ਹਾਂ ਇੱਦਾਂ ਹੁੰਦਾ, ਅਤੇ ਕੋਈ ਬੰਦਾ ਨਹੀਂ ਪਸੰਦ ਜਿਹਨੂੰ, ਮੈਂ ਉਹ ਕਹਿ ਫੁਕਰਾ, ਜੇ ਕੋਈ ਮੇਰੇ ਨਾਲ ਦਿਲੋਂ ਕਰਦਾ ਹੋਊਗਾ ਉਹ ਕਹੂਗਾ ਇਹ ਤਾਂ ਰੱਬ ਦੀ ਕਿਰਪਾ ਆ, ਇਹੀ ਹੁੰਦਾ। ਅਤੇ ਉਹਦੇ ਵਿੱਚ ਇਹ ਤੁਹਾਨੂੰ ਮੈਂ ਦੋਨੇ ਕਹਿ ਤਾ, ਉਹਦੇ ਵਿੱਚ ਤੁਸੀਂ ਦੇਖ ਲਿਓ, ਸੱਚੀ ਸੋਹਣੀ ਫਿਲਮ ਹੈ। ਮੈਂ ਆਪਣੇ ਕਰਕੇ ਨਹੀਂ ਕਹਿੰਦਾ, ਮੈਂ ਵੈਸੇ ਹੀ ਬਹੁਤ ਵੱਡਾ ਕ੍ਰਿਟਿਕ, ਮੈਂ ਆਪਣੇ ਕੰਮ ਵਿੱਚ ਗਲਤੀਆਂ ਖਾਮੀਆਂ ਕੱਢਦਾ ਰਹਿੰਦਾ ਕਿ ਇੱਥੇ ਜਿਹੜਾ ਆਹ ਹੁੰਦਾ ਇਹਦੇ ਵਿੱਚ ਹੈਗੀਆਂ ਨੇ ਖਾਮੀਆਂ, ਐਡਾ ਕੋਈ ਚੱਕਰ ਨਹੀਂ, ਬਟ ਇੱਕ ਲੇਮੈਨ ਦੇ ਪੱਖ ਤੋਂ ਕੰਪਲੀਟ ਫਿਲਮ ਆ। ਐਂਡ ਹਰ ਭਾਈ ਜੇ ਕੋਈ, ਮੈਂ ਜੀ ਸਰ ਸਿਨੇਮੇ ਵਾਲੇ ਇੱਕ ਦੋ ਬੰਦਿਆਂ ਨੂੰ ਦਿਖਾਈਆਂ ਸੀ ਜਿਹੜੇ ਸਿਨੇਮੇ ਦੇ ਵਿੱਚ ਰਹਿੰਦੇ, ਉਹ ਰੋਂਦੇ ਦੇਖਿਆ ਮੈਂ, ਦੇ ਫਰ ਕਰਾਈ ਇਮੋਸ਼ਨਲ ਹੈ। ਮੈਂ ਵੀ ਇੱਕ ਥਾਂ 'ਤੇ, ਮੈਂ ਆਪਣੀ ਫਿਲਮ ਦੇਖ ਕੇ ਮੈਂ ਇੱਕ ਥਾਂ 'ਤੇ ਇਮੋਸ਼ਨਲ ਹੋ ਜਾਂਦਾ ਯਾਰ, ਇਮੋਸ਼ਨ ਫੁੱਲ ਇਮੋਸ਼ਨ ਹੈ ਜੀ, ਰੋ ਕੇ ਮੈਂ ਫੋਰ ਸ਼ੋਰ ਆ, ਹੰਝੂ ਕਰਦੇ ਆਉਂਗੇ ਬਾਹਰੋਂ। ਕੀ ਬਾਤ ਹੈ। ਹਾਂ ਮਤਲਬ ਮੈਨੂੰ ਇਸ ਚੀਜ਼, ਕੁੜੀਆਂ ਤਾਂ ਸਪੈਸ, ਕੁੜੀਆਂ ਜੀ ਵਿਮਨ ਵਿਮਨ ਉਹ ਬੇਸਿਕਲੀ ਇੱਥੇ ਕੁੜੀ ਜਿਹੜੀ ਸਾਡੀ ਮੇਨ ਲੀਡ ਕੁੜੀ ਉਹ ਹੀਰੋਇਨ ਆ, ਵਿੱਚ ਇਹਦੇ ਵਿੱਚ ਹੀਰੋ ਉਹ ਆ ਕੁੜੀ। ਅੱਛਾ ਫਿਲਮ ਉਹਦੀ ਆ, ਮੈਂ ਤਾਂ ਨਾਲ ਸੇਵਾਵਾਂ ਨਿਭਾਈਆਂ, ਮੇਨ ਉਹ ਕੁੜੀ ਆ। ਅਤੇ ਉਹ ਸੋਹਣੀ ਫਿਲਮ ਹੈ ਜੀ, ਤੁਸੀਂ ਵੇਖੋ। ਮੈਂ ਤਾਂ ਇਹੀ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਸਮਾਂ ਆ ਜੀ, ਪੰਜਾਬੀ ਫਿਲਮ ਆ ਸਾਡੀ, ਅਸੀਂ ਅਕਸਰ ਗੱਲਾਂ ਕਰਦੇ ਹਾਂ, ਕੋਈ ਹਿੰਦੀ ਦੇ ਉੱਪਰ ਕੋਈ ਬੋਲ ਦੇਵੇ ਸਾਡੇ ਮੂਹਰੇ ਅਸੀਂ ਖਿੱਚ ਜਾਂਦੇ ਹਾਂ, ਅਤੇ ਮੈਂ ਵੀ ਬਹੁਤ ਖਿੱਚਿਆ ਹੋਇਆ ਜੀ ਇਸੇ ਕਰਕੇ ਕਿ ਮੇਰੀ ਫਿਲਮ ਆ, ਮੈਂ ਸੱਚੀ ਖਿੱਚ ਗਿਆ ਹੋਇਆ ਹਾਂ। ਮੈਨੂੰ, ਮੈਂ ਪੂਰੀ ਮਿਹਨਤ ਕਰ ਰਿਹਾ ਹਾਂ, ਕੀਤੀ ਆ, ਅਤੇ 8 ਤਰੀਕ ਨੂੰ ਮੇਰੀ ਫਿਲਮ ਚਾਹੁੰਦਾ ਆ ਆ ਜਾਵੇ, ਮਿੱਥੀ ਹੋਈ ਆ, ਉਹ ਮੇਰੇ ਕੋਈ ਡਿਸਟ੍ਰੀਬਿਊਟਰ ਨਹੀਂ ਹੈਗਾ ਜੀ ਇਸ ਵੇਲੇ। ਐਂਡ ਹਰ ਭਾਈ ਮਤਲਬ ਕਿ, ਮਤਲਬ ਸ਼ੋਅ ਹੈ ਨੀਗਾ ਕੋਈ ਵੀ। ਕੱਲ੍ਹ ਮੈਂ ਨਾ ਉੱਥੇ ਮੈਂ DCP ਕ੍ਰੀਏਟ ਕਰਾਉਣੀ ਸੀ, ਉੱਥੇ ਮੈਨੂੰ ਉਹਨਾਂ ਨੇ ਸਰਟੀ ਡਾਕੂਮੈਂਟ ਮੰਗੇ, ਉਹਨਾਂ ਨੇ ਡਿਸਟ੍ਰੀਬਿਊਟਰ ਅਤੇ ਡਿਸਟ੍ਰੀਬਿਊਟਰ ਦੀ ਕੰਪਨੀ ਦਾ ਨਾਮ ਪੁੱਛਿਆ, ਮੈਂ ਕਿਹਾ ਇਹ ਹੈ ਨੀਗਾ, ਬਾਕੀ ਸਾਰਾ ਕੁਛ ਭੇਜ ਦਿਓ। ਮੈਂ ਸਾਰੇ ਡਾਕੂਮੈਂਟ ਭੇਜ ਦਿੱਤੇ ਆ ਮੇਰੇ ਕੋਲ ਡਿਸਟ੍ਰੀਬਿਊਟਰ ਦਾ ਨਾਮ। ਉਸ ਤੋਂ ਬਾਅਦ ਵੀ ਮਤਲਬ ਮੈਨੂੰ ਇੱਕ ਗੱਲ ਸੋਚ, ਮੈਂ ਇੰਟਰਪਟ ਕਰ ਰਿਹਾ, ਪਰ ਉਸ ਤੋਂ ਬਾਅਦ ਵੀ ਬਾਈ ਕਿੰਨੀ ਹੱਸ ਹੱਸ ਕੇ ਗੱਲਾਂ ਦੱਸੀ ਜਾਂਦਾ ਯਾਰ, ਹੋਰ ਕੀ ਕਰਾਂ ਮੈਂ, ਰੋਵਾਂ ਹਾਏ ਮਰ ਗਈ ਹੋਏ ਇੱਦਾਂ ਕਮਾ ਨਹੀਂ ਕਹਿੰਦੇ ਡਿਸਟ੍ਰੀਬਿਊਟਰਾਂ ਦੀ। ਹਾਂ ਦੇਖੋ ਮੈਂ ਤਾਂ ਮੈਸੇਜ, ਮੈਨੂੰ ਬਾਈ ਸਭ ਤੋਂ ਵੱਡੀ ਗੱਲ ਆ, ਬੰਬੇ ਮੇਰਾ ਤਾਂ ਐਡੀ ਵੱਡੀ ਗੱਲ ਹੋ ਗਈ। ਸਾਡਾ ਐਡੀਟਰ ਗਿਆ ਹੋਇਆ ਉੱਥੇ, ਉਹਨੇ ਕਾਗਜ਼ ਮੰਗੇ ਸੀ, ਉੱਥੇ DCP ਜਿਹੜੀ ਫਿਲਮ ਦੀ ਬਣਦੀ ਹੈ ਨਾ, ਜਿਹੜੀ ਸਿਨੇਮੇ 'ਚ ਲੱਗਦੀ DCP ਕਹਿੰਦੇ ਨਾ, ਤਾਂ ਫਾਰਮੈਟ ਜੋ ਵੀ ਆ, ਅਬ ਮੈਨੂੰ ਪਤਾ ਨਹੀਂ ਹੈਗਾ DCP ਦੀ ਫੁੱਲ ਫਾਰਮ ਕੀ ਹੁੰਦੀ ਆ, ਬਸ ਇੰਨਾ ਪਤਾ DCP ਕਿਹਾ, ਹੁਣ ਮੈਂ ਪੜ੍ਹਿਆ ਨਹੀਂ ਹੈਗਾ ਕੋਈ, ਮੈਂ ਇੰਨਾ ਕਿ ਇੰਨਾ ਕੁਛ ਨਹੀਂ ਪੜ੍ਹਿਆ ਉਹਦੇ ਬਾਰੇ। ਸੋ ਉਹ ਮੰਗੀ ਆ, ਅਤੇ ਉਹਦੇ 'ਚ ਉਹਨਾਂ ਨੇ ਲਿਖੀ ਲਿਸਟ ਭੇਜੀ ਸੀ, ਆਹ ਡਾਕੂਮੈਂਟ ਜਿਵੇਂ, ਮੈਂ ਕਿਹਾ ਮੇਰੇ ਸਾਰੇ ਡਾਕੂਮੈਂਟ ਹੈਗੇ ਆ, ਡਿਸਟ੍ਰੀਬਿਊਟਰ ਨਹੀਂ ਹੈਗਾ, ਇਹਨੂੰ ਕੱਟ ਦਿਓ। ਪਰ ਹਰ ਬਾਈ ਨਹੀਂ, ਇੱਕ ਵਧੀਆ ਗੱਲ ਆ, ਤੁਹਾਡਾ ਜਿਹੜਾ ਪੋਜ਼ਿਟਿਵਨੈਸ ਹੈਗੀ ਆ ਉਹ ਹਮੇਸ਼ਾ ਮੇਰੇ ਖਿਆਲ ਨਹੀਂ, ਪਰ ਮੈਂ ਖਿਜਿਆ ਵੀ ਹੈਗਾ, ਅਰੇ ਖੁਸ਼ ਵੀ ਹਾਂ, ਖਿਜਿਆ ਵੀ ਹੋਇਆ ਕਿ ਯਾਰ ਨਹੀਂ ਬਣਦਾ ਵੀ ਹੈ, ਨਹੀਂ ਮੈਂ ਕਿ ਮੈਂ ਯਾਰ ਫਿਲਮ ਬਣਾਈ ਆ, ਮੈਂ ਰਿਲੀਜ਼ ਕਰਨਾ ਚਾਹੁੰਦਾ, ਆਈ ਐਮ ਪੇਇੰਗ ਯੂਅਰ ਫੀਸ, ਮੈਂ ਤੁਹਾਡੀ ਫੀਸ ਦੇ ਰਿਹਾ, ਅਤੇ ਮੇਰੀ ਫਿਲਮ ਨੂੰ ਮੈਨੂੰ ਸ਼ੋਅ ਦੇ ਦਿਓ। ਵੈਸੇ ਵੀ ਤਾਂ ਜੇ ਨਹੀਂ ਚੱਲਦੀ ਦੂਏ ਦਿਨ ਲਾਏ ਦੇਣੀ ਆ ਯਾਰ, ਲਾ ਦਿਓ, ਚਲਾਓ ਤਾਂ ਸਹੀ। ਹਾਂ ਜੇ ਨਹੀਂ ਚੱਲੀ, ਤੁਸੀਂ ਮੈਨੂੰ ਕਿਹਾ ਕੀਤਾ ਵੀ ਉਹਨਾਂ ਨੇ ਉਹ ਨਹੀਂ ਚੱਲੂ, ਉਹਨਾਂ ਨੇ ਲਾ ਦੇਣੀ ਆ ਵੀ ਲਾ ਦਿਓ, ਚਲਾਓ ਤਾਂ ਸਹੀ, ਜੇ 4 ਸ਼ੋਅ ਲਾ ਕੇ ਤਾਂ ਦਿਖਾਓ ਮੈਨੂੰ। ਅਰੇ ਮੈਂ ਖੁਸ਼ ਹੋਊਂਗਾ ਮੇਰੀ ਫਿਲਮ ਸਿਨੇਮੇ 'ਚ ਲੱਗੀ ਆ, ਮੇਰੇ ਲਈ ਰਾਹ ਖੁੱਲ੍ਹਣਗੇ, ਮੈਨੂੰ ਫਾਇਦਾ ਆ ਜੀ, ਮੈਨੂੰ, ਮੈਂ ਆਪਣੇ ਬੈਨੀਫਿਟ ਲਈ ਇਹ ਕਰ ਰਿਹਾ, ਮੈਨੂੰ ਮੇਰੇ ਰਾਹ ਖੁੱਲ੍ਹਣਗੇ, ਲੋਕਾਂ ਨੂੰ ਪਤਾ ਲੱਗੂਗਾ ਕਿ ਇਹਦੇ 'ਚ ਕੈਪੇਬਿਲਿਟੀ ਹੈਗੀ ਕਿ ਨਹੀਂ, ਮੇਰੇ 'ਚ ਗੁਣ ਹੈਗਾ ਕਿ ਨਹੀਂ, ਉਹ ਆਪ ਹੀ ਦੱਸ ਦੇਣਗੇ। ਐਂਡ ਹਰ ਬਾਈ ਮੈਂ ਫਿਰ ਹੋਰ ਕੁਛ ਟਰਾਈ ਕਰ ਲੂੰਗਾ, ਮੈਂ ਐਕਸ਼ਨ ਟਰਾਈ ਕਰ ਲੂੰਗਾ, ਮੈਂ ਕਮੇਡੀ ਟਰਾਈ ਕਰ ਲੂੰਗਾ, ਪਹਿਲਾਂ ਮੇਰੀ ਇੱਕ ਆਉਣ ਤਾਂ ਦਿਓ ਯਾਰ, ਮੁੱਦਾ ਤਾਂ ਇਹੀ ਆ। ਇੱਕ ਦੂਜਾ, ਸੋਰੀ ਜੀ ਮੈਂ ਬਾਲਾ ਬੋਲ, ਮੈਂ ਹੁਣੇ ਤਾਂ ਮਸਾਂ ਬੋਲਣ ਲੱਗਾ, ਮੈਂ ਸਮਝ ਗਿਆ ਇਹ ਬੰਦਾ ਯਾਰ ਪੱਕਾ, ਮੈਂ ਤੇ ਬਸ ਸ਼ੋਅ ਚਾਹੀਦੇ ਕਿ ਪੰਜਾਬ ਦੀ ਆਡੀਅੰਸ ਨੂੰ ਇਹੀ ਆ ਕਿ ਆਪਦੀ ਲੈਂਗੁਏਜ ਨਾਲ ਖੜੋ, ਤਾਂ ਹੀ ਪ੍ਰਜ਼ਰਵ ਹੋਣੀਆਂ ਗੱਲਾਂ ਨਾਲ ਨਹੀਂ। ਤੁਸੀਂ ਹਿੰਦੀ ਫਿਲਮਾਂ ਵੇਖੀ ਜਾ ਰਹੇ ਹਾਂ, ਕਿਉਂਕਿ ਮੈਨੂੰ ਬੰਬੇ ਤੋਂ ਇਹੀ ਕਹੀ ਜਾ ਰਿਹਾ ਕਿ ਹਿੰਦੀ ਫਿਲਮ ਲੱਗੀ ਹੋਈ ਤਾਂ ਨਹੀਂ ਸ਼ੋਅ ਲਾ ਸਕਦੇ। ਸੋ ਉਹਨਾਂ ਨੂੰ ਦੇ ਕੰਨ ਵੀ ਖੜ੍ਹੇ ਹੋ ਜਾਣ,